ਮੌਲਿਕ ਅਗਰ ਮਾਨ ਆਏ ਕਹਿੰਦੀ ਸੀ 5 ਮਿੰਟਾਂ ਦੇ ਵਿੱਚ ਚੁੱਟ ਕੇ ਮਾਰ ਕੇ ਅਸੀਂ MSP ਦੇਵਾਂਗੇ, ਅੱਜ ਕਿਉਂ ਨੀ ਦਿੰਦੇ? ਅਨਮੋਲਕ ਅਗਰ ਮਾਨ ਮੰਤਰੀ ਬਣ ਗਈ, ਭਗਵੰਤ ਮਾਨ ਕਮੇਟੀ ਕਲਾਕਾਰ ਤੋਂ ਮੁੱਖ ਮੰਤਰੀ ਬਣ ਗਿਆ ਝੂਠ ਬੋਲ ਕੇ। ਸੋ ਦੇਖੋ ਆਹ ਫੋਟੋਆਂ ਨੇ, ਆਹ ਬੰਬ ਨੇ, ਜਿਹੜੇ ਕਿਸਾਨ ਅੰਦੋਲਨ ਆ ਜਿਹੜੇ ਸੰਭੂ ਖਨੌਰੀ ਬਾਰਡਰ ਚੱਲੇ ਸੀ ਸਾਡੇ ਤੇ, ਮੈਂ ਵੀ ਪੱਟ ਤੇ ਗੋਲਾ ਖਾਧਾ, ਮੇਰੇ ਕੋਲ ਵੀ ਇੱਕ ਕਨਾਲ ਜ਼ਮੀਨ ਆਉਂਦੀ ਆ, ਪਰ ਮੈਨੂੰ ਦਰਦ ਆਪਣੇ ਲੋਕਾਂ ਲਈ। ਪਿਛਲੇ ਅੰਦੋਲਨ ਦੌਰਾਨ ਮੈਂ ਆਪਣਾ ਪਿਓ ਗਵਾਇਆ, ਜਿਹੜੇ ਆਪਾਂ 750 ਸ਼ਹੀਦ ਕਿਸਾਨ ਸੁਣਦੇ ਆ, 230 ਨੰਬਰ ਤੇ ਮੇਰੇ ਡੈਡੀ ਦਾ ਨਾਮ ਦਰਜ ਆ। ਆਹ ਅੰਦੋਲਨ ਦੇ ਵਿੱਚ ਮੈਂ ਪੱਟ ਤੇ ਗੋਲਾ ਖਾਧਾ। ਇਹ ਜਿਹੜੀ ਝਾੜੂ ਸਰਕਾਰ ਆ, ਝਾੜੂ ਵਾਲੇ ਕਹਿੰਦੇ ਸੀ ਕਿਸਾਨੋ ਤੁਹਾਨੂੰ MSP ਦੇਵਾਂਗੇ। ਭਗਵੰਤ ਮਾਨ ਟੀਚਰਾਂ ਕਰਦਾ ਹੁੰਦਾ ਸੀ ਦੂਜਿਆਂ ਨੂੰ ਕਿ ਜਾਂ ਤਾਂ MSP ਦੇ ਦਿਓ ਜਾਂ ਫਿਰ ਕੁਰਸੀ ਛੱਡੋ। ਅੱਜ ਭਗਵੰਤ ਮਾਨ ਕਿਉਂ ਨਹੀਂ ਕੁਰਸੀ ਛੱਡ ਰਿਹਾ? ਦੱਸੋ, ਇਹਨਾਂ ਨੂੰ ਸਵਾਲ ਪੁੱਛਿਆ ਕਰੋ, ਜ਼ਰੂਰ ਸਵਾਲ ਪੁੱਛੋ। ਤੇ ਮੇਰੇ ਬਜ਼ੁਰਗ ਬੈਠੇ ਨੇ ਉਰੇ, ਬਜ਼ੁਰਗੋ ਤੁਹਾਨੂੰ ਦੱਸੋ ਕਿਹਨੂੰ 2500 ਪੈਨਸ਼ਨ ਮਿਲਦਾ, ਬੁਢਾਪਾ ਪੈਨਸ਼ਨ? ਇਹ ਕਹਿੰਦੇ ਸੀ ਅਸੀਂ 2500 ਬੁਢਾਪਾ ਪੈਨਸ਼ਨ ਦੇਵਾਂਗੇ। ਤੇ ਔਰਤਾਂ ਬੈਠੀਆਂ ਨੇ, ਕਿਹਨੂੰ 1000 ਮਿਲਦਾ ਮੈਨੂੰ ਦੱਸੋ, ਜ਼ਰੂਰ ਸਵਾਲ ਕਰਿਆ ਕਰੋ ਇਹਨਾਂ ਨੂੰ। ਕਿਉਂਕਿ ਆਹ ਦੇਖ ਲਓ ਤੁਹਾਡੇ ਸਾਹਮਣੇ ਇਹਨਾਂ ਨੇ ਕੀ ਹਾਲਾਤ ਕੀਤਾ। ਤੁਸੀਂ ਦੇਖਿਆ ਹੁਣ, ਇੱਕ ਨੌਜਵਾਨ ਖਨੌਰੀ ਬਾਰਡਰ 21 ਫਰਵਰੀ ਨੂੰ ਸ਼ੁਭ ਕਾਰਨ ਸ਼ਹੀਦ ਹੋਇਆ। ਭਗਵੰਤ ਮਾਨ ਨੇ ਕਿਹਾ ਮੈਂ ਉਸ ਨੌਜਵਾਨ ਦੇ ਪਰਿਵਾਰ ਨੂੰ 1 ਕਰੋੜ ਦਊਂਗਾ ਤੇ ਨਾਲ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦਊਂਗਾ। ਨਾ ਉਹ ਨੌਜਵਾਨ ਨੂੰ 1 ਕਰੋੜ ਮਿਲਿਆ ਉਹਦੇ ਪਰਿਵਾਰ ਨੂੰ, ਨਾ ਉਹਦੀ ਭੈਣ ਨੂੰ ਨੌਕਰੀ ਮਿਲੀ ਆ। ਇੰਨਾ ਝੂਠ ਬੋਲਦੇ ਨੇ ਭਗਵੰਤ ਮਾਨ। ਉਹਨੇ 750 ਸ਼ਹੀਦ ਕਿਸਾਨ ਹੁੰਦੇ ਆ ਦਿੱਲੀ ਮੋਰਚੇ ਦੇ, ਉਹਨਾਂ ਵਿੱਚੋਂ ਜਿਹੜੇ ਪਰਿਵਾਰ ਨੇ ਦਰ ਦਰ ਧੱਕੇ ਖਾਂਦੇ, ਕੋਈ ਨੌਕਰੀ ਨਹੀਂ ਮਿਲੀ, ਇਹ ਕਹਿੰਦੇ ਅਸੀਂ 43,000 ਸਰਕਾਰੀ ਨੌਕਰੀਆਂ ਦਿੱਤੀ ਆ, ਝੂਠ ਬੋਲਦੇ ਨੇ। ਜਾ ਕੇ ਦੇਖੋ ਇਹਨਾਂ ਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਮੂਹਰੇ ਟੈਂਕੀਆਂ ਤੇ ਟਾਵਰਾਂ ਤੇ ਬੇਰੁਜ਼ਗਾਰ ਚੜੀ ਬੈਠੇ ਨੇ, ਕਹਿੰਦੇ ਭਾਈ ਸਾਨੂੰ ਨੌਕਰੀ ਦੇ ਦਿਓ। ਇਹਨਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਇੱਕ ਭੈਣ ਬਣਾਈ ਸੀ, ਉਹਨੂੰ ਕਹਿੰਦੇ ਭੈਣੇ ਫੇੜਾ ਉਤਰਿਆ, ਕਹਿੰਦੇ ਅਸੀਂ ਤੈਨੂੰ ਭੈਣ ਮੰਨਦੇ ਆ, ਜਦੋਂ ਸਾਡੀ ਸਰਕਾਰ ਬਣੀ ਅਸੀਂ ਨੌਕਰੀ ਦੇਵਾਂਗੇ ਤੈਨੂੰ। ਉਹ ਭੈਣ ਇਹਨਾਂ ਦੀ ਅੱਜ ਤੱਕ ਦਰ ਦਰ ਧੱਕੇ ਖਾਂਦੀ ਆ। ਤੁਸੀਂ ਸੁਣਿਓ ਹੁਣ, ਇੱਥੋਂ ਸੰਗਰੂਰ ਦੇ ਵਿੱਚੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਿਚਾਰੀ ਇਲੈਕਸ਼ਨ ਲੜ ਰਹੀ ਆ। ਕਿਉਂ ਲੜ ਰਹੀ ਆ? ਕਿਉਂਕਿ ਇਹ ਝੂਠੇ ਨਿਕਲ ਗਏ, ਨਕੰਮੇ ਨਿਕਲ ਗਏ, ਨਕਾਰੇ ਨਿਕਲ ਗਏ। ਸਾਨੂੰ ਬੜੀ ਆਸ ਉਮੀਦ ਸੀ ਕਿ ਸਾਡੇ ਬਦਲਾਅ ਕਰਨਗੇ। ਨੌਜਵਾਨਾਂ ਅੱਜ ਵੀ ਚਿੱਟੇ ਨਾਲ ਮਰਦੇ ਨੇ, ਦਰ ਦਾ ਠੋਕਰਾ ਖਾਂਦੇ ਨੇ। ਇਹ ਕਹਿੰਦੇ ਹੁੰਦੇ ਸੀ 3 ਮਹੀਨਿਆਂ 'ਚ ਅਸੀਂ ਗਰੰਟੀ ਦਿੰਦੇ ਹਾਂ ਕਿ ਚਿੱਟਾ ਖਤਮ ਕਰ ਦਾਂਗੇ, ਨਸ਼ੇ ਖਤਮ ਕਰ ਦਾਂਗੇ। ਦੱਸੋ ਨਸ਼ੇ ਖਤਮ ਹੋਇਆ? ਦੱਸੋ ਜੀ। ਸੋ ਇਹਨਾਂ ਨੂੰ ਸਵਾਲ ਪੁੱਛਿਆ ਕਰੋ। ਇਹ ਕਹਿੰਦੇ ਕਿ MSP ਦੇਵਾਂਗੇ, ਦੱਸੋ ਕਿਉਂ ਨਹੀਂ MSP ਦਿੰਦਾ? ਇਹਨਾਂ ਦੇ ਗਲੇ ਫੜਿਆ ਕਰੋ, ਇਹਨਾਂ ਨੂੰ ਸਵਾਲ ਪੁੱਛਿਆ ਕਰੋ। ਜਦੋਂ ਸਾਡੇ ਵਰਗੇ ਨੌਜਵਾਨ ਹੁਣ ਕਹਿੰਦੇ ਆ ਕਿ ਅਸੀਂ ਸਵਾਲ ਪੁੱਛਣੇ ਆ, ਤਾਂ ਇਹ ਕਹਿ ਦਿੰਦੇ ਨੇ ਕਿ ਭਾਈ ਅਸੀਂ ਉਹ ਸਿਖਾਇਆ ਤੁਹਾਨੂੰ ਸਵਾਲ ਕਰਨਾ। ਇਹਨਾਂ ਨੂੰ ਇਹ ਵੀ ਦੱਸਣਾ ਪੈਣਾ ਕਿ ਭਾਈ ਡਲੇ ਮਾਰਨਾ ਤੁਸੀਂ ਉਹ ਸਿਖਾਇਆ ਸੀ, ਤੁਸੀਂ ਕਹਿੰਦੇ ਸੀ ਕਿ ਇਹਨਾਂ ਨੇ ਜਿਹੜਾ ਲੀਡਰ ਨੇ ਡਲੇ ਮਾਰਿਆ ਕਰੋ, ਹੁਣ ਡਲੇ ਇਹਨਾਂ ਦੇ ਪੈਣਗੇ, ਕਿਉਂਕਿ ਇਹ ਸਾਰੇ ਵਾਅਦਿਆਂ ਤੋਂ ਭੱਜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਜੀਤ ਸਿੰਘ ਮਾਨ ਜਿੰਦਾਬਾਦ। ਮੈਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਮੈਂ ਜਗਦੀਪ ਸਿੱਧੂ ਆਪਣੇ, ਉਹਨਾਂ ਨੇ ਵੀ ਹਮਾਇਤ ਕੀਤੀ ਹੈ ਕਿ ਸਿਮਰਜੀਤ ਮਾਨ ਨੂੰ ਜਿਤਾਓ। 5 ਲੱਖ ਦਾ ਇਕੱਠ ਹੋਇਆ ਸੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਕਹਿੰਦੇ 5 ਲੱਖ ਦਾ ਇਕੱਠ ਹੋਇਆ ਸੀ ਦੀਪ ਸਿੱਧੂ ਦੇ ਹੱਕ ਦੇ ਵਿੱਚ। 5 ਲੱਖ ਤੋਂ ਵੱਧ ਘਰਾਂ 'ਚ ਵੀ ਬੈਠੇ ਨੇ। ਸੋ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਜਿਹੜੇ ਪੰਜਾਬ ਦੇ ਆਪਣੀ ਗੱਲ ਕਰਦੇ ਨੇ, ਆਵਾਜ਼ ਕਰਦੇ ਨੇ, ਉਹਨਾਂ ਨੂੰ ਜਿਤਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।